ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਸ ਪਾਵਨ ਪਵਿੱਤਰ ਅਸਥਾਨ 'ਤੇ ਪਹੁੰਚੇ ਹਾਂ, ਜਿਸ ਪਾਵਨ ਪਵਿੱਤਰ ਅਸਥਾਨ ਨੂੰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾ ਕਰਕੇ ਪਵਿੱਤਰ ਕੀਤਾ ਹੈ। ਇਹ ਪਾਵਨ ਪਵਿੱਤਰ ਅਸਥਾਨ 'ਤੇ 1688 ਬਿਕਰਵੀ ਨੂੰ ਧੰਨ ਸਤਿਗੁਰੂ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ ਉਹਨਾਂ ਸਤਿਗੁਰਾਂ ਨੇ, ਉਹਨਾਂ ਦੇ ਸੇਵਕ ਭਾਈ ਮਾਧੋ ਦਾਸ ਜੋ ਸਤਿਗੁਰਾਂ ਦੇ ਯਾਦ ਦੇ ਅੰਦਰ ਸਤਿਗੁਰਾਂ ਨੂੰ ਯਾਦ ਕਰ ਰਿਹਾ, ਉਸ ਨੂੰ 500 ਘੋੜ ਸਵਾਰ ਦੇ ਸਮੇਤ ਸਤਿਗੁਰੂ ਜੀ ਨੇ ਦਰਸ਼ਨ ਬਖਸ਼ੇ। ਅਤੇ ਇੱਥੇ ਹੀ ਚੂੜ ਚੱਕ ਨਗਰ ਦੀ ਮਾਈ ਮਾਤਾ ਭਾਗੋ ਨੇ ਸਤਿਗੁਰਾਂ ਦੇ ਸਮੇਤ ਸਿੰਘਾਂ ਨੂੰ ਦਹੀਂ ਦੇ ਨਾਲ ਪ੍ਰਸ਼ਾਦਾ ਛਕਾਇਆ ਅਤੇ ਸਤਿਗੁਰੂ ਜੀ ਨੇ ਉਸ ਮਾਈ ਨੂੰ ਵਰਦਾਨ ਦਿੱਤੇ। ਅਤੇ ਇਹ ਪਾਵਨ ਪਵਿੱਤਰ ਅਸਥਾਨ 'ਤੇ 2 ਵਾਰ ਸਤਿਗੁਰਾਂ ਨੇ ਚਰਨ ਪਾਏ। ਇਸ ਪਾਵਨ ਪਵਿੱਤਰ ਅਸਥਾਨ 'ਤੇ ਹਰ ਸਾਲ 1617 ਸਾਉਣ ਨੂੰ ਬੜੇ ਭਾਰੀ ਜੋੜ ਮੇਲੇ ਮਨਾਏ ਜਾਂਦੇ ਨੇ, ਢਾਡੀ ਦਰਬਾਰ ਹੁੰਦੇ ਨੇ, ਗੁਰੂ ਕੇ ਲੰਗਰ ਟੁੱਟ ਵਰਤਦੇ ਨੇ। ਸਮੁੱਚੇ ਇਲਾਕੇ ਦੀਆਂ ਸੰਗਤਾਂ ਇੱਥੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ। ਇਸ ਅਸਥਾਨ 'ਤੇ ਮੱਸਿਆ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ। ਮੱਸਿਆ ਦੇ ਦਿਹਾੜੇ 'ਤੇ ਵੀ ਇਲਾਕੇ ਦੀਆਂ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਅਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਸੋ ਜਿਨ੍ਹਾਂ ਵੀ ਸੰਗਤਾਂ ਨੇ ਇੱਥੇ ਹਾਜ਼ਰੀਆਂ ਭਰੀਆਂ ਨੇ, ਤਨ ਕਰਕੇ ਮਨ ਕਰਕੇ ਧਨ ਕਰਕੇ, ਉਹਨਾਂ ਦੇ ਬੇੜੇ ਧਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪਾਰ ਕਰ ਦਿੱਤੇ ਨੇ। ਇੱਥੇ ਬੜੀਆਂ ਰਹਿਮਤਾਂ ਨੇ, ਸਤਿਗੁਰੂ ਜੀ ਦੀਆਂ ਬੜੀਆਂ ਬਰਕਤਾਂ ਨੇ। ਆਪ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਹੋਈਆਂ ਸਮੁੱਚੀਆਂ ਸੰਗਤਾਂ ਨੂੰ ਇਸ 92 ਜੋੜ ਮੇਲੇ ਦੇ ਜਿਹੜੇ ਦੂਸਰੇ ਦਿਨ ਦੇ ਦੀਵਾਨਾਂ ਦੀਆਂ ਲੱਖ ਲੱਖ ਵਧਾਈਆਂ ਹੋਣ। ਇਸੇ ਤਰ੍ਹਾਂ ਸਤਿਗੁਰੂ ਜੀ ਕਿਰਪਾ ਰੱਖਣ, ਸੰਗਤਾਂ ਰਲ ਮਿਲ ਕੇ ਚਾਹ ਦੇ ਨਾਲ, ਉਤਸ਼ਾਹ ਦੇ ਨਾਲ ਇਹ ਜੋੜ ਮੇਲੇ ਜਿਹੜੇ ਮਨਾਉਣ ਦਾ, ਇਸੇ ਤਰ੍ਹਾਂ ਸਤਿਗੁਰੂ ਜੀ ਸੰਗਤਾਂ ਨੂੰ ਬਲ ਬਖਸ਼ਣ, ਇਸੇ ਤਰ੍ਹਾਂ ਹੀ ਉਤਸ਼ਾਹ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈਏ ਵਸਾਇਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵੀਆਂ ਤੇ ਬੈਠ ਕੇ ਅਡੋਲ ਰਹਿਣ ਵਾਲੇ, ਪ੍ਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ, ਜਿਨ੍ਹਾਂ ਦੇ ਬਚਨ ਨੇ ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜਿਨ੍ਹਾਂ ਨੇ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਸੋਰਠ ਰਾਗਨੀ ਦੇ ਅੰਦਰ ਉਹਨਾਂ ਦਾ ਇਹ ਪਵਿੱਤਰ ਮੁੱਖ ਵਾਕ ਹੈ। 625 ਅੰਗ ਦੇ ਉੱਪਰ ਇਹ ਪਾਵਨ ਮੁੱਖ ਵਾਕ ਸੁਭਾਏ ਮਾਨ ਹੈ। ਤੇ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਪਿਆਰਿਓ ਜਿਤ ਪਾਰ ਬ੍ਰਹਮ ਚਿਤ ਆਇਆ। ਪਾਰ ਬ੍ਰਹਮ ਦਾ ਅਰਥ ਹੈ ਜਿਹੜਾ ਪਾਰਾਵਾਰ ਤੋਂ ਰਹਿਤ ਬ੍ਰਹਮ ਸਰੂਪ, ਜਿਹਦਾ ਆਪਾਂ ਕੋਈ ਵੀ ਪਾਰਾਵਾਰ ਨਹੀਂ ਪਾ ਸਕਦੇ। ਗੁਰੂ ਨਾਨਕ ਦੇ ਬਚਨ ਨੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਸਕਦੀ। ਮੱਛੀ ਦਾ ਕੰਮ ਹੈ ਆਨੰਦ ਲੈਣਾ, ਮੱਛੀ ਦਾ ਕੰਮ ਹੈ ਪਾਣੀ ਦੇ ਵਿੱਚ ਰਹਿ ਕੇ ਆਪਣਾ ਜੀਵਨ ਮਾਣਨਾ, ਉਹ ਪਾਣੀ 'ਚ ਰਹਿ ਕੇ ਆਪਣਾ ਜੀਵਨ ਮਾਣੇ, ਜੇ ਸਮੁੰਦਰ ਦਾ ਅੰਤ ਪਾਉਣ ਤੁਰੇਗੀ ਨਹੀਂ ਪਾ ਸਕਦੀ। ਆਪਾਂ ਮਨੁੱਖ ਹਾਂ, ਮਨੁੱਖ ਦਾ ਕੰਮ ਹੈ ਵਾਹਿਗੁਰੂ ਦੇ ਭਾਣੇ 'ਚ ਰਹਿਣਾ, ਹੁਕਮ 'ਚ ਰਹਿਣਾ, ਵਾਹਿਗੁਰੂ ਜੀ ਦਾ ਨਾਮ ਜਪ ਕੇ ਆਨੰਦ ਲੈਣਾ। ਜੇ ਆਪਾਂ ਕਹੀਏ ਜੀ ਰੱਬ ਦਾ ਅੰਤ ਪਾਉਣਾ, ਤੇ ਅੱਜ ਤੱਕ ਨਾ ਕੋਈ ਪਾ ਸਕਿਆ, ਨਾ ਕੋਈ ਪਾ ਸਕਦਾ, ਨਾ ਆਉਣ ਵਾਲੇ ਸਮੇਂ 'ਚ ਕੋਈ ਪਾ ਸਕੇਗਾ। ਤਾਂ ਕਰਕੇ ਮਹਾਰਾਜ ਕਹਿੰਦੇ ਨੇ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਉਹ ਤਾਂ ਜਿੰਨਾ ਉਹਨੂੰ ਕਹੀ ਜਾਓਗੇ, ਜਿੰਨੀ ਉਹਦੀ ਵਡਿਆਈ ਕਰੀ ਜਾਓਗੇ, ਜਿੰਨੀ ਵਾਹਿਗੁਰੂ ਦੀ ਸਿਫਤ ਕਰੀ ਜਾਓਗੇ, ਉਹਨਾਂ ਅੱਗੇ ਦੀ ਅੱਗੇ ਗੁਰਮੁਖੋ ਆਨੰਦ ਆਈ ਜਾਏਗਾ, ਜ਼ਿੰਦਗੀ ਜਿਉਣ ਦਾ ਸਲੀਕਾ ਆ ਜਾਏਗਾ, ਢੰਗ ਆ ਜਾਏਗਾ। ਤਾਂ ਕਰਕੇ ਇੱਥੇ ਵਾਹਿਗੁਰੂ ਨੂੰ ਬ੍ਰਹਮ ਸਰੂਪ ਨੂੰ, ਪ੍ਰਮਾਤਮਾ ਨੂੰ ਪਾਰਾਵਾਰ ਤੋਂ ਰਹਿਤ ਆਖਿਆ, ਵੀ ਉਹਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਤੇ ਮਹਾਰਾਜ ਕਹਿੰਦੇ, ਜਿਤ ਪਾਰ ਬ੍ਰਹਮ ਚਿਤ ਆਇਆ। ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਪ੍ਰਮਾਤਮਾ ਚੇਤੇ ਆ ਗਿਆ। ਚੇਤੇ ਆਉਣਾ ਕੀ ਆ? ਉਹਦੇ ਗੁਣਾਂ ਨੂੰ ਚੇਤੇ ਕਰਨਾ। ਸੁਖਮਨੀ ਸਾਹਿਬ ਚ ਮਹਾਰਾਜ ਕਹਿੰਦੇ ਨੇ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨਹਿ ਉਬਾਰਿਆ, ਬਾਰ ਵਿਵਸਥਾ ਤੁਝ ਹੈ ਪਿਆਰੈ ਦੂਧ, ਭਰ ਜੋਵਨ ਭੋਜਨ ਸੁਖ ਸੂਧ, ਬਿਰਧ ਭਇਆ ਉਪਰ ਸਾਕ ਸੈਨ,
ਮੁਖ ਅਪਿਆਉ ਬੈਠ ਤੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲੇਹੁ ਤੋ ਨਾਨਕ ਸੀਜੈ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਗੁਣਾਂ ਨੂੰ ਚੇਤੇ ਕਰ, ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰ। ਜਦੋਂ ਤੂੰ ਮਾਂ ਦੇ ਗਰਭ ਵਿੱਚ ਸੀ, ਭੁੱਖਾ ਲਟਕਦਾ ਸੀ, ਪ੍ਰਮਾਤਮਾ ਦੀ ਬੰਦਗੀ ਕਰਕੇ ਕਹਿੰਦਾ ਸੀ ਰੱਬਾ ਮੈਨੂੰ ਇਸ ਅੱਗ ਦੇ ਵਿੱਚੋਂ ਬਾਹਰ ਕੱਢ ਦੇ, ਮੈਂ ਤੇਰਾ ਸਿਮਰਨ ਕਰਾਂਗਾ। 9 ਮਹੀਨੇ ਪੂਰੇ ਹੋਏ, ਪ੍ਰਮਾਤਮਾ ਨੇ ਤੈਨੂੰ ਮਾਂ ਦੇ ਗਰਭ ਚੋਂ ਬਾਹਰ ਕੱਢਤਾ, ਤੂੰ ਬਾਹਰ ਆ ਕੇ ਵੀ ਰੱਬ ਨੂੰ ਭੁੱਲ ਗਿਆ, ਚੇਤੇ ਨਹੀਂ ਕੀਤਾ। ਇੱਥੇ ਆ ਕੇ ਕੀ ਹੋਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਪ੍ਰਮਾਤਮਾ ਨਾਲੋਂ ਲਿਵ ਟੁੱਟ ਗਈ, ਤ੍ਰਿਸ਼ਨਾ ਦੀ ਅੱਗ ਮਨ ਦੇ ਵਿੱਚ ਲੱਗ ਗਈ। ਉਸੇ ਦਿਨ ਤੋਂ ਲੈ ਕੇ, ਜਨਮ ਤੋਂ ਲੈ ਕੇ ਬਚਪਨ ਖੇਡਾਂ 'ਚ ਬਤੀਤ ਹੋ ਗਿਆ, ਬਚਪਨ ਮਾਂ ਬਾਪ ਦੇ ਪਿਆਰ 'ਚ ਬਤੀਤ ਹੋ ਗਿਆ, ਜਵਾਨੀ ਆਈ ਇਸਤਰੀ ਨੂੰ ਪ੍ਰੇਮ ਕਰਨ ਲੱਗ ਪਿਆ, ਬੱਚਿਆਂ ਨੂੰ ਪ੍ਰੇਮ ਕਰਨ ਲੱਗ ਪਿਆ, ਵਡੇਪਾ ਆਇਆ ਘਰ ਜੋੜਨਾ, ਘਰ ਨੂੰ ਬਣਾਉਣਾ, ਘਰ ਦਾ ਆਹ ਕਰਨਾ ਉਹ ਕਰਨਾ, ਪੂਰੀ ਜ਼ਿੰਦਗੀ ਬੋਲਦੇ ਦੀ ਲੰਘ ਗਈ, ਰੱਬ ਦਾ ਨਾਮ ਨਹੀਂ ਜਪਿਆ, ਅੰਤ ਨੂੰ ਫੇਰ ਸਵਾਹ ਦੀ ਢੇਰੀ ਹੋ ਕੇ ਦੁਨੀਆਂ ਤੋਂ ਚਲਿਆ ਗਿਆ। ਤਾਂ ਕਰਕੇ ਮਹਾਰਾਜ ਕਹਿੰਦੇ ਰੱਬ ਦੇ ਗੁਣਾਂ ਨੂੰ ਚੇਤੇ ਕਰ। ਮਾਤ ਗਰਭ ਮਹਿ ਆਪਣ ਸਿਮਰਨ ਦੇ, ਤਹਿ ਤੁਮ ਰੱਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨ ਹਾਰੇ। ਇਹ ਪ੍ਰਮਾਤਮਾ ਮਾਂ ਦੇ ਗਰਭ ਵਿੱਚ ਤੂੰ ਆਪਣਾ ਸਿਮਰਨ ਦੇ ਕੇ ਸਾਡੀ ਰੱਖਿਆ ਕੀਤੀ ਹੈ, ਸਾਨੂੰ ਉੱਥੇ ਵੀ ਤੂੰ ਬਚਾ ਕੇ ਰੱਖਿਆ। ਜਿੱਥੇ ਰੋੜ ਜਾ ਕੇ ਸਵਾਹ ਹੋ ਜਾਂਦੇ ਮਾਂ ਦੇ ਗਰਭ ਵਿੱਚ, ਉੱਥੇ ਇੱਕ ਨਿੱਕਾ ਜਿਹਾ ਮਾਸ ਦਾ ਲੋਥੜਾ ਰੱਬ ਨੂੰ ਸੇਕ ਨਹੀਂ ਲੱਗਣ ਦਿੰਦਾ। ਕਿਉਂ ਨਹੀਂ ਲੱਗਣ ਦਿੰਦਾ? ਕਿਉਂਕਿ ਰੱਬ ਨੂੰ ਚੇਤੇ ਕਰਦਾ, ਪ੍ਰਮਾਤਮਾ ਨੂੰ ਚੇਤੇ ਕਰਦਾ, ਉਹਦੇ ਗੁਣਾਂ ਨੂੰ ਚੇਤੇ ਕਰਨਾ ਹੀ ਰੱਬ ਨੂੰ ਚੇਤੇ ਕਰਨਾ, ਉਹਦੇ ਗੁਣਾਂ ਨੂੰ ਚੇਤੇ ਕਰਨਾ, ਉਹਦਾ ਸਿਮਰਨ ਕਰਨਾ, ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ। ਆਪਾਂ ਰੋਟੀ ਵਾਰ ਵਾਰ ਖਾ ਸਕਦੇ ਹਾਂ, ਦੁਨਿਆਵੀ ਗੱਲਾਂ ਵਾਰ ਵਾਰ ਕਰ ਸਕਦੇ ਹਾਂ, ਪਰ ਜਦੋਂ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਗੱਲ ਆਉਂਦੀ ਹੈ, ਫਿਰ ਅਸੀਂ ਸਵਾਲ ਕਰਦੇ ਹਾਂ ਕਿ ਵਾਹਿਗੁਰੂ ਵਾਹਿਗੁਰੂ ਵਾਰ ਵਾਰ ਕਹਿਣ ਦੀ ਕੀ ਲੋੜ ਹੈ, ਫਿਰ ਰੋਟੀ ਵਾਰ ਵਾਰ ਖਾਣ ਦੀ ਕੀ ਲੋੜ ਹੈ, ਭੁੱਖ ਲੱਗਦੀ ਖਾਂਦੇ ਹਾਂ ਨਾ, ਵਾਰ ਵਾਰ ਉਹੀ ਦੁਨਿਆਵੀ ਗੱਲਾਂ ਕਰੀ ਜਾਂਦੇ ਹਾਂ, ਪੂਰੀ ਜ਼ਿੰਦਗੀ ਗੱਲਾਂ ਨਹੀਂ ਮੁੱਕਦੀਆਂ, ਪਰ ਰੱਬ ਦਾ ਨਾਮ ਲੈਣ ਤੋਂ ਵਾਰ ਵਾਰ ਘਬਰਾਉਂਦੇ ਹਾਂ, ਦੂਰ ਜਾਂਦੇ ਹਾਂ, ਪਰ ਵਾਹਿਗੁਰੂ ਵਾਹਿਗੁਰੂ ਵਾਰ ਵਾਰ ਕਹਿਣਾ, ਉਹਨੂੰ ਚੇਤੇ ਕਰਨਾ ਇਹ ਜ਼ਰੂਰੀ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਜਿੱਤ ਪਾਰ ਬ੍ਰਹਮ ਚਿੱਤ ਆਇਆ, ਜਿਨ੍ਹਾਂ ਨੂੰ ਪਾਰਾਵਾਰ ਤੋਂ ਰਹਿਤ, ਜਿਹਦਾ ਕੋਈ ਅੰਤ ਨਹੀਂ ਅੱਜ ਤੱਕ ਪਾ ਸਕਿਆ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਉਹ ਵਾਹਿਗੁਰੂ ਚੇਤੇ ਆ ਗਿਆ, ਜਿਹਨੇ ਉਹਦੇ ਗੁਣਾਂ ਨੂੰ ਚੇਤੇ ਕਰ ਲਿਆ, ਜਿਹਨੇ ਉਹਦੀਆਂ ਬਖਸ਼ਿਸ਼ਾਂ ਨੂੰ ਚੇਤੇ ਕਰ ਲਿਆ, ਜਿਹਨੇ ਉਹਦੀਆਂ ਦਾਤਾਂ ਨੂੰ ਚੇਤੇ ਕਰ ਲਿਆ, ਜਿਹਨੇ ਉਹਦਾ ਸ਼ੁਕਰਾਨਾ ਕਰਨਾ ਸਿੱਖ ਲਿਆ, ਜਿਹੜਾ ਇਹ ਸਿੱਖ ਗਿਆ ਕਿ ਵਾਹਿਗੁਰੂ ਤੂੰ ਜੋ ਵੀ ਦਿੱਤਾ ਮੈਂ ਉਹਦੇ ਵਿੱਚ ਖੁਸ਼ ਹਾਂ, ਤੂੰ ਜੋ ਵੀ ਦੇ ਰਿਹਾ ਮੈਂ ਉਹਦੇ 'ਚ ਖੁਸ਼ ਹਾਂ, ਜੋ ਦੇਵੇਂਗਾ ਮੈਂ ਉਹਦੇ 'ਚ ਖੁਸ਼ ਰਵਾਂਗਾ। ਸੱਚ ਜਾਣਿਓ ਉਹ ਬੰਦਾ ਕਦੇ ਦੁਖੀ ਨਹੀਂ ਹੋ ਸਕਦਾ। ਜਿਹੜਾ ਪ੍ਰਮਾਤਮਾ ਦੇ ਦਿੱਤੇ ਹੋਏ ਵਿੱਚ ਖੁਸ਼ ਰਹਿੰਦਾ ਹੈ ਉਹ ਹਮੇਸ਼ਾ ਉਹਦਾ ਸ਼ੁਕਰਾਨਾ ਕਰਦਾ ਹੈ, ਤੇ ਜਿਹੜਾ ਸ਼ੁਕਰਾਨਾ ਕਰਦਾ ਦੁਖੀ ਨਹੀਂ ਹੁੰਦਾ, ਕਿਉਂਕਿ ਜਿਹਦਾ ਮਨ ਖੁਸ਼ ਹੈ ਉਹਦੇ ਲਈ ਬੂੰਦ ਵੀ ਸਮੁੰਦਰ ਹੈ, ਤੇ ਜਿਹਦਾ ਮਨ ਉਦਾਸ ਆ ਉਹਦੇ ਲਈ ਸਮੁੰਦਰ ਵੀ ਕੁਝ ਨਹੀਂ ਆ। ਜਿਹਦਾ ਮਨ ਉਦਾਸ ਹੈ, ਸਾਡੇ ਤੇ ਮਨ ਉਦਾਸ ਹੈ, ਰੱਬ ਨੇ ਇੰਨਾ ਕੁਝ ਦਿੱਤਾ, ਅੱਜ ਵੀ ਰੱਬ ਨੂੰ ਉਲਾਮੇ ਦਿੰਦੇ, ਰੱਬਾ ਸਾਨੂੰ ਤੈਂ ਕੀ ਦਿੱਤਾ ਆ, ਰੱਬਾ ਸਾਨੂੰ ਤੈਂ ਦੁੱਖ ਦਿੱਤੇ ਹੈ, ਰੱਬਾ ਤੈਂ ਸਾਡੀ ਜ਼ਿੰਦਗੀ ਕਿਹੋ ਜਿਹੀ ਬਣਾਤੀ ਹੈ, ਸਾਡੀ ਜ਼ਿੰਦਗੀ 'ਚ ਦੁੱਖ ਹੀ ਦੁੱਖ ਲਿਖੇ ਨੇ, ਇੱਦਾਂ ਦੇ ਉਲਾਮੇ ਦਿੰਦੇ ਹਾਂ, ਪਰ ਹਮੇਸ਼ਾ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ, ਇਹੀ ਉਸ ਨੂੰ ਚੇਤੇ ਕਰਨਾ ਕਿ ਵਾਹਿਗੁਰੂ ਜੋ ਵੀ ਤੈਂ ਦਿੱਤਾ ਮੈਂ ਉਹਦੇ ਵਿੱਚ ਖੁਸ਼ ਹਾਂ। ਤੇ ਸੱਚ ਜਾਣਿਓ ਰੱਬ ਦੇ ਅੱਗੇ ਅਰਦਾਸ ਵੀ ਇਹੀ ਕਰਨੀ ਚਾਹੀਦੀ, ਸਾਡੀ ਤੇ ਔਕਾਤ ਸਾਡੀ ਹੈਸੀਅਤ ਇੰਨੀ ਨਹੀਂ ਸੀ ਜਿੰਨਾ ਰੱਬ ਨੇ ਸਾਨੂੰ ਬਖਸ਼ਿਸ਼ ਕੀਤਾ, ਸਾਡੇ ਤੇ ਰਹਿਮਤ ਕੀਤੀ ਆ, ਇਹ ਬੇਨਤੀ ਕਰਨੀ ਹੈ। ਤਾਂ ਕਰਕੇ ਗੁਰੂ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਅੱਗੇ ਇਹੀ ਬੇਨਤੀ ਕਿ ਜਿੱਤ ਪਾਰ ਬ੍ਰਹਮ ਚਿੱਤ ਆਇਆ, ਵੀ ਵਾਹਿਗੁਰੂ ਤੂੰ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਚੇਤੇ ਆ ਗਿਆ, ਜਿਨ੍ਹਾਂ ਨੇ ਤੇਰੇ ਗੁਣਾਂ ਨੂੰ ਚੇਤੇ ਕਰ ਲਿਆ, ਉਹਨਾਂ ਤੇ ਫਿਰ ਕੀ ਕਿਰਪਾ ਹੁੰਦੀ ਹੈ, ਜਿਹੜੇ ਤੇਰੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਰਹਿੰਦੇ ਹੈ। ਸੋ ਘਰ ਦਈਏ ਵਸਾਇਆ, ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਰੂਪੀ ਘਰ ਆਪ ਜੀ ਵਸਾ ਦਿੰਦੇ ਹੋ। ਵਸਾਉਣ ਦਾ ਮਤਲਬ ਕੀ ਹੈ, ਉਹਨਾਂ ਦੇ ਹਿਰਦੇ 'ਚ ਆਪ ਜੀ ਦੇ ਗੁਣਾਂ ਦਾ ਵਾਸਾ ਹੋ ਜਾਂਦਾ ਹੈ, ਉਹਨਾਂ ਦਾ ਹਿਰਦਾ ਹਮੇਸ਼ਾ ਆਨੰਦ ਵਿੱਚ ਰਹਿੰਦਾ ਹੈ, ਖਿੜਿਆ ਰਹਿੰਦਾ ਹੈ, ਉਹ ਕਦੇ ਨਹੀਂ ਕਹਿੰਦੇ ਰੱਬ ਨੇ ਸਾਡੇ ਨਾਲ ਬੁਰਾ ਕੀਤਾ ਹੈ। ਉਹਨਾਂ ਦੇ ਸੀਸ ਤੇ ਆਰਾ ਵੀ ਚੱਲੇ ਤਾਂ ਵੀ ਕਹਿੰਦੇ ਰੱਬਾ ਤੇਰਾ ਲੱਖ ਲੱਖ ਸ਼ੁਕਰ ਹੈ, ਉਹਨਾਂ ਦੀ ਖੋਪੜੀ
ਉਹਨਾਂ ਦੇ ਸਿਰ ਨਾਲੋਂ ਅਲੱਗ ਕਰ ਦਿੱਤੀ ਜਾਵੇ। ਉਹ ਤਾਂ ਵੀ ਕਹਿੰਦੇ ਰੱਬਾ ਤੇਰਾ ਸ਼ੁਕਰ ਹੈ, ਉਹਨਾਂ ਨੂੰ ਪੁੱਠੇ ਲਟਕਾ ਕੇ ਉਹਨਾਂ ਦੇ ਸਰੀਰ ਦੀ ਖੱਲ ਲਾ ਦਿੱਤੀ ਜਾਵੇ। ਉਹ ਤਾਂ ਵੀ ਭਾਈ ਜੈ ਸਿੰਘ ਵਰਗੇ ਕਹਿੰਦੇ ਰੱਬਾ ਤੇਰਾ ਸ਼ੁਕਰ ਹੈ, ਉਹਨਾਂ ਦੇ ਬੰਦ ਬੰਦ ਵੀ ਕੱਟੇ ਜਾਣ। ਉਹ ਤਾਂ ਵੀ ਕਹਿੰਦੇ ਰੱਬਾ ਤੇਰਾ ਸ਼ੁਕਰ ਹੈ ਤੇ ਸਾਡੇ ਪੈਰ 'ਚ ਕੰਡਾ ਵੀ ਵੱਜ ਜੇ। ਅਸੀਂ ਕਹਿੰਦੇ ਅੱਜ ਗੁਰਦੁਆਰੇ ਚੱਲੇ ਸੀ, ਮੇਰਾ ਨੁਕਸਾਨ ਹੋ ਗਿਆ, ਮੇਰੇ ਪੈਰ 'ਚ ਕੰਡਾ ਕਿਉਂ ਵੱਜ ਗਿਆ, ਇੱਥੇ ਖੋਪਰ ਲੈ ਗਏ, ਆਰਿਆਂ ਦੇ ਨਾਲ ਸਰੀਰ ਚੀਰੇ ਗਏ, ਗੁਰਮੁਖ ਪਿਆਰਿਓ ਬੰਦ ਬੰਦ ਕੱਟੇ ਗਏ, ਖੱਲਾਂ ਲਾ ਦਿੱਤੀਆਂ, ਦੇਗਾਂ 'ਚ ਉਬਾਲ ਤੇ, ਰੂਹ ਦੇ ਵਿੱਚ ਲਪੇਟ ਕੇ ਸਾੜ ਤੇ, ਤਾਂ ਵੀ ਕਹਿੰਦੇ ਰੱਬਾ ਤੂੰ ਚੇਤੇ ਰਹੀਂ। ਇਹ ਸਰੀਰ ਦੀ ਬੋਟੀ ਬੋਟੀ ਵੀ ਹੋ ਜਾਵੇ ਤਾਂ ਵੀ ਕੋਈ ਫਿਕਰ ਨਹੀਂ, ਤਾਂ ਵੀ ਕੋਈ ਚਿੰਤਾ ਨਹੀਂ। ਇਹ ਹੁੰਦਾ ਪਰਮਾਤਮਾ ਦੇ ਗੁਣਾਂ ਨੂੰ ਹਿਰਦੇ 'ਚ ਵਸਾਉਣਾ। ਅਸੀਂ ਵਸਾ ਲਾਂਗੇ? ਉਹ ਨਹੀਂ, ਕਦੇ ਨਹੀਂ, ਕਿਉਂਕਿ ਥੋੜਾ ਜਿਹਾ ਦੁੱਖ ਆਏ ਤੋਂ ਕਲਪਦੇ ਹਾਂ, ਥੋੜਾ ਜਿਹਾ ਦੁੱਖ ਆਏ ਤੋਂ ਰੋਂਦੇ ਹਾਂ। ਗੁਰੂ ਦੀ ਬਾਣੀ ਕਹਿੰਦੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੈ। ਇਹ ਅਵਸਥਾ ਆ ਬ੍ਰਹਮ ਗਿਆਨੀ ਦੀ, ਇਹ ਅਵਸਥਾ ਜੀਵਨ ਮੁਕਤ ਪੁਰਸ਼ ਦੀ। ਤੇ ਅਸੀਂ ਤੇ ਨਿੱਕੇ ਜੇ ਦੁੱਖ ਆਏ ਤੋਂ ਰੋਣ ਲੱਗ ਜਾਂਦੇ ਹਾਂ, ਸਾਡੀ ਅਵਸਥਾ ਕਿੱਥੇ ਇੱਦਾਂ ਦੀ ਬਣ ਜਾਏਗੀ। ਤਾਂ ਕਰਕੇ ਮਹਾਰਾਜ ਕਹਿੰਦੇ ਉਹਨਾਂ ਦਾ ਜਿਹੜਾ ਖੇੜਾ, ਉਹਨਾਂ ਦੀ ਖੁਸ਼ੀ, ਉਹਨੂੰ ਆਰੇ ਨਹੀਂ ਖਤਮ ਕਰ ਸਕੇ, ਉਹਨੂੰ ਰੰਬੀਆਂ ਨਹੀਂ ਖਤਮ ਕਰ ਸਕੀਆਂ, ਉਹਨੂੰ ਗੁਰਮੁਖ ਪਿਆਰੇ ਖੋਪਰ ਲਾਏ ਗਏ ਉਹ ਨਹੀਂ ਖਤਮ ਕਰ ਸਕੇ। ਉਹ ਖੁਸ਼ੀ ਨੂੰ, ਉਸ ਆਨੰਦ ਨੂੰ ਕੋਈ ਵੀ ਦੁਨਿਆਵੀ ਵਸਤੂ ਖਤਮ ਨਹੀਂ ਕਰ ਸਕਦੀ। ਤਾਂ ਕਰਕੇ ਮਹਾਰਾਜ ਕਹਿੰਦੇ ਭਾਈ ਜਿਹਨਾਂ ਨੂੰ ਵਾਹਿਗੁਰੂ ਚੇਤੇ ਆਇਆ, ਜਿਹਨਾਂ ਦੇ ਹਿਰਦੇ 'ਚ ਵਾਹਿਗੁਰੂ ਵੱਸ ਗਿਆ, ਉਹਨਾਂ ਦਾ ਜਿਹੜਾ ਹਿਰਦਾ ਰੂਪੀ ਘਰ ਹੈ ਉਹ ਪਰਮਾਤਮਾ ਆਤਮਕ ਗੁਣਾਂ ਨਾਲ ਭਰਪੂਰ ਕਰ ਦਿੰਦਾ, ਉਹਨਾਂ ਦੇ ਅੰਦਰ ਆਤਮਕ ਗੁਣ ਪੈਦਾ ਹੋ ਜਾਂਦੇ ਹੈ। ਸਤ, ਸੰਤੋਖ, ਦਇਆ, ਖਿਮਾ, ਧੀਰਜ, ਇਹ ਸਾਰੇ ਗੁਣ ਉਹਨਾਂ ਦੇ ਅੰਦਰ ਆ ਜਾਂਦੇ ਆ ਤੇ ਹਮੇਸ਼ਾ ਖੇੜੇ 'ਚ ਰਹਿੰਦੇ ਆ। ਜਿੰਨਾ ਮਰਜ਼ੀ ਦੁੱਖ ਆ ਜਾਏ ਉਹ ਕਦੇ ਦੁੱਖ ਨੂੰ ਮਹਿਸੂਸ ਨਹੀਂ ਕਰਦੇ। ਸੁੱਖ ਸਾਗਰ ਗੁਰ ਪਾਇਆ, ਉਹਨਾਂ ਨੇ ਕੀ ਕੀਤਾ, ਸੁੱਖਾਂ ਦਾ ਸਮੁੰਦਰ ਗੁਰੂ ਪਾ ਲੈਣਾ ਕੀਤਾ, ਉਹਨਾਂ ਨੂੰ ਸੁੱਖਾਂ ਦੇ ਸਮੁੰਦਰ ਗੁਰੂ ਮਹਾਰਾਜ ਮਿਲ ਗਏ। ਤਾਂ ਸਹਿਸਾ ਸਗਲ ਮਿਟਾਇਆ, ਉਹਨਾਂ ਦੇ ਅੰਦਰੋਂ ਸਾਰੀਆਂ ਚਿੰਤਾਵਾਂ ਹੀ ਖਤਮ ਹੋ ਗਈਆਂ। ਸਾਨੂੰ 24 ਘੰਟੇ ਚਿੰਤਾ ਲੱਗੀ ਰਹਿੰਦੀ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਬਹੁਤੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਇੱਥੇ ਦੁਨੀਆਂ ਦੇ ਅੰਦਰ ਕੋਈ ਸਰੀਰ ਕਰਕੇ ਦੁਖੀ ਹੈ? ਜੇ ਬੰਦਾ ਕਹਿੰਦਾ ਮੇਰੇ ਸਰੀਰ ਨੂੰ ਕੋਈ ਰੋਗ ਨਹੀਂ, ਤੇ ਗੁਰਮੁਖ ਪਿਆਰਿਓ ਫਿਰ ਮਨ ਕਰਕੇ ਦੁਖੀ ਹੈ? ਨਹੀਂ, ਚਿੰਤਾ ਤੇ ਹਰ ਇੱਕ ਨੂੰ ਲੱਗੀ ਹੈ, ਟੈਨਸ਼ਨ, ਸਟ੍ਰੈਸ, ਹਰ ਬੰਦਾ ਅੱਜ ਡਿਪਰੈਸ਼ਨ ਦੇ ਵਿੱਚ ਹੈ, ਹਰ ਬੰਦਾ ਟੈਨਸ਼ਨ ਦੀ ਦਵਾਈ ਖਾਂਦਾ ਹੈ। ਕਿਉਂ? ਕਿਉਂਕਿ ਟੈਨਸ਼ਨਾਂ ਨਾਲ ਕਹਿੰਦੇ ਜੀ ਜ਼ਿੰਦਗੀ ਭਰੀ ਪਈ ਹੈ। ਤੇ ਪਰ ਗੁਰਮੁਖੋ ਉਹਨਾਂ ਦੇ ਅੰਦਰੋਂ ਸਾਰੇ ਸੰਸੇ ਖਤਮ ਹੋ ਜਾਂਦੇ ਆ, ਜਿਨ੍ਹਾਂ ਨੇ ਸੁੱਖਾਂ ਦੇ ਸਮੁੰਦਰ ਵਾਹਿਗੁਰੂ ਜੀ ਨੂੰ ਮਹਿਸੂਸ ਕਰ ਲਿਆ, ਜਿਨ੍ਹਾਂ ਨੇ ਆਪਣੇ ਹਿਰਦੇ 'ਚ ਹਮੇਸ਼ਾ ਵਾਹਿਗੁਰੂ ਨੂੰ ਚੇਤੇ ਰੱਖਣਾ ਕੀਤਾ, ਉਹਨਾਂ ਦੇ ਸਾਰੇ ਸੰਸੇ ਖਤਮ ਹੋ ਜਾਂਦੇ ਨੇ। ਹਰ ਕੇ ਨਾਮ ਕੀ ਵਡਿਆਈ, ਗੁਰੂ ਮਹਾਰਾਜ ਕਹਿੰਦੇ ਭਾਈ ਪਰਮਾਤਮਾ ਦੇ ਨਾਮ ਦੀ ਇਹ ਵਡਿਆਈ ਹੈ, ਜਿਹੜਾ ਵੀ ਉਹਦੇ ਨਾਮ ਨੂੰ ਜਪਦਾ ਉਹਦੇ ਸਾਰੇ ਝੋਰੇ ਸੰਸੇ ਖਤਮ ਹੋ ਜਾਂਦੇ ਆ, ਉਹ ਸੁੱਖ ਪਾ ਲੈਂਦੇ ਆ। ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਨ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਉਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੋ ਸੂਖ ਕਨੇਰੇ। ਗੁਰੂ ਦੀ ਬਾਣੀ ਇਸ ਗੱਲ ਤੇ ਮੋਹਰ ਲਾਉਂਦੀ ਹੈ, ਜੇ ਗੁਰਮੁਖ ਬਣ ਕੇ ਵਾਹਿਗੁਰੂ ਦਾ ਨਾਮ ਜਪੋਗੇ ਨਾ, ਇੱਕ ਸੁੱਖ ਨੀ, ਦੋ ਸੁੱਖ ਨੀ, ਹਨੇਰੇ ਸੁੱਖ ਤੁਹਾਨੂੰ ਮਿਲਣਗੇ, ਜਿੰਨੇ ਮਰਜ਼ੀ ਸੁੱਖ ਪ੍ਰਾਪਤ ਕਰ ਲਿਓ। ਤਾਂ ਕਰਕੇ ਮਹਾਰਾਜ ਕਹਿੰਦੇ ਹਰ ਕੇ ਨਾਮ ਕੀ ਵਡਿਆਈ, ਪਰਮਾਤਮਾ ਦੇ ਨਾਮ ਦੀ ਵਡਿਆਈ ਬੜੀ ਵੱਡੀ ਹੈ। ਆਠ ਪਹਿਰ ਗੁਣ ਗਾਈ, ਮਹਾਰਾਜ ਕਹਿੰਦੇ ਭਾਈ ਜਿਹੜੇ ਰੱਬ ਦੇ ਪਿਆਰੇ ਆ, ਰੱਬ ਦੀ ਬੰਦਗੀ ਕਰਨ ਵਾਲੇ ਆ, ਉਠਤ ਬੈਠਤ ਹਰ ਹਰ ਧਿਆਈ ਹੈ, ਅਨਦਿਨ ਸੁਕ੍ਰਿਤ ਕਰੀਐ, ਉਹ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਅੱਠੇ ਪਹਿਰ ਪਰਮਾਤਮਾ ਨੂੰ ਚੇਤੇ ਰੱਖਦੇ ਨੇ, ਗੁਰਪੂਰੇ ਤੇ ਪਾਈ। ਪਰ ਇਹ ਜਿਹੜੀ ਦਾਤ ਹੈ,
ਇਹ ਪੂਰੇ ਗੁਰੂ ਦੇ ਪਾਸੋਂ ਮਿਲਦੀ ਹੈ। ਆਪਾਂ ਨੂੰ ਕੋਈ ਕਵੇ ਘੰਟਾ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ ਲੋ, ਕਦੇ ਨਹੀਂ ਕਰ ਸਕਦੇ। ਗੁਰੂ ਜੀ ਬਾਣੀ ਚ ਕਹਿੰਦੇ ਆ, ਆਖਾਂ ਜੀਵਾ ਬਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ। ਸੱਚਾ ਨਾਮ ਕਹਿਣਾ ਸਭ ਤੋਂ ਔਖਾ ਆ। ਦੁਨਿਆਵੀ ਗੱਲਾਂ 5 ਘੰਟੇ ਵੀ ਕਰ ਲਾਂਗੇ, ਪਰ ਰੱਬ ਦਾ ਨਾਮ ਅੱਧਾ ਘੰਟਾ ਵੀ ਜੇ ਵਾਹਿਗੁਰੂ ਵਾਹਿਗੁਰੂ ਕਹਿਣਾ ਪੈ ਗਿਆ ਨਾ, ਬਹੁਤ ਔਖਾ ਆ। ਬੰਦਗੀ ਕਰਨੀ ਬੜੀ ਔਖੀ ਹੈ, ਸਿਮਰਨ ਕਰਨਾ ਬੜਾ ਔਖਾ। ਕਹਿ ਦਿੰਦੇ ਹਾਂ ਵੀ ਰੱਬ ਦੇ ਪਿਆਰੇ ਵਿਹਲੇ ਰਹਿੰਦੇ, ਵਿਹਲੇ ਨਹੀਂ। ਬੰਦਗੀ ਦਾ ਕਾਰਜ ਸਭ ਤੋਂ ਔਖਾ ਕਾਰਜ ਹੈ, ਬਾਕੀ ਦੇ ਕੰਮ ਸਭ ਹੋ ਜਾਣਗੇ, ਪਰ ਬੰਦਗੀ ਕਰਨੀ ਸਭ ਤੋਂ ਔਖੀ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਨੇ, ਗੁਰ ਪੂਰੇ ਤੇ ਪਾਈ, ਜਿਹੜੀ ਬੰਦਗੀ ਦੀ ਦਾਤ ਹੈ ਇਹ ਪੂਰੇ ਗੁਰੂ ਦੇ ਪਾਸੋਂ ਮਿਲਦੀ ਹੈ। ਜਿਨ੍ਹਾਂ ਤੇ ਪੂਰਾ ਗੁਰੂ ਮਿਹਰ ਕਰੇ ਉਹ ਬੰਦਗੀ ਦੀ ਦਾਤ ਪ੍ਰਾਪਤ ਕਰਦੇ ਹਨ। ਰਹਾਓ ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਹੈ ਅੰਮ੍ਰਿਤ ਬਾਣੀ। ਰਹਾਓ ਵਿਸ਼ਰਾਮ ਦੇ ਕੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਕਿ ਪ੍ਰਮਾਤਮਾ ਵਾਹਿਗੁਰੂ ਦੀ ਜਿਹੜੀ ਕਥਾ ਕਹਾਣੀ ਹੈ ਉਹ ਅਕਥ ਹੈ। ਅੱਜ ਤੱਕ ਬੜੇ ਬੜੇ ਵਿਦਵਾਨ ਆਏ, ਕੋਈ ਨਹੀਂ ਕਰ ਸਕਿਆ। ਬ੍ਰਹਮਾ ਵਰਗੇ 4 ਵੇਦ ਉਚਾਰਨ ਕਰਕੇ ਵੀ ਉਹਦੀ ਮਹਿਮਾ ਨਹੀਂ ਕਰ ਸਕੇ। ਉਹਦੀ ਮਹਿਮਾ ਕਰਨੀ ਤੇ ਬੜੀ ਦੂਰ ਦੀ ਗੱਲ ਹੈ, ਉਹਦੇ ਪਿਆਰਿਆਂ ਦੀ ਮਹਿਮਾ ਨਹੀਂ ਕੋਈ ਕਹਿ ਸਕਦਾ। ਸਾਧ ਕੀ ਮਹਿਮਾ ਵੇਦ ਨਾ ਜਨ ਹੈ, ਜੇਤਾ ਸੁਣ ਹੈ ਤੇਤਾ ਵਖਿਆਨੈ। ਉਹ ਰੱਬ ਦੀ ਮਹਿਮਾ ਨੂੰ ਕੌਣ ਵਰਣਨ ਕਰ ਲਏਗਾ, ਉਹ ਰੱਬ ਦੇ ਪਿਆਰਿਆਂ ਦੀ ਮਹਿਮਾ ਨਹੀਂ ਕੋਈ ਵਰਣਨ ਕਰ ਸਕਦਾ। ਤਾਂ ਕਰਕੇ ਮਹਾਰਾਜ ਕਹਿੰਦੇ ਉਹਦੀ ਕਹਾਣੀ ਅਕਥ ਹੈ, ਉਹਨੂੰ ਕੋਈ ਨਹੀਂ ਕੱਥ ਸਕਦਾ, ਕੋਈ ਕਹਿ ਨਹੀਂ ਸਕਦਾ। ਜਿਵੇਂ ਸਮੁੰਦਰ ਹੁੰਦਾ ਨਾ, ਸਮੁੰਦਰ ਦੇ ਵਿੱਚੋਂ ਕੋਈ ਸਿੱਪੀਆਂ ਦੀ ਮੁੱਠ ਭਰ ਕੇ ਕਵੇ ਵੀ ਜੀ ਮੈਂ ਸਾਰੇ ਸਮੁੰਦਰ ਚੋਂ ਸਿੱਪੀਆਂ ਕੱਢ ਲਈਆਂ, ਘੋਗੇ ਕੱਢ ਲਏ, ਨਹੀਂ ਕੱਢ ਸਕਦਾ। ਸਿੱਪੀਆਂ ਸਮੁੰਦਰ ਵਿੱਚ ਬੇਅਥਾਹ ਪਈਆਂ ਨੇ, ਆਪਾਂ ਉਨੀਆਂ ਕੁ ਕੱਢ ਸਕਦੇ ਜਿੰਨੀਆਂ ਕੁ ਸਾਡੀ ਮੁੱਠੀ ਵਿੱਚ ਆ ਸਕਦੀਆਂ ਨੇ। ਇੱਦਾਂ ਗੁਰੂ ਦੀ ਬਾਣੀ ਅਗਾਧ ਬੋਧ ਹੈ, ਪਰਮੇਸ਼ਰ ਵਾਹਿਗੁਰੂ ਅਗਾਧ ਬੋਧ ਹੈ, ਉਹਦੇ ਪਿਆਰੇ ਅਗਾਧ ਬੋਧ ਹੈ। ਆਪਣੇ ਕੋਲ ਜਿੰਨੀ ਕੁ ਸਮਝ ਹੈ ਆਪਾਂ ਉਨਾ ਕੁ ਕਥਨ ਕਰ ਸਕਦੇ ਹਾਂ, ਪਰ ਇਹ ਨਹੀਂ ਕਹਿ ਸਕਦੇ ਵੀ ਮੈਂ ਰੱਬ ਦੀ ਸਾਰੀ ਕਥਾ ਕਹਿ ਲਈ। ਅੱਜ ਤੱਕ ਕਹਿ ਕਹਿ ਕੇ ਪਤਾ ਨਹੀਂ ਕਿੰਨੇ ਕੁ ਚਲੇ ਗਏ, ਤੇ ਕਿੰਨਿਆਂ ਕੁ ਨੇ ਚਲੇ ਜਾਣਾ, ਤੇ ਕਿੰਨਿਆਂ ਕੁ ਨੇ ਅੱਗੇ ਆ ਕੇ ਕਹਿਣਾ ਤੇ ਫਿਰ ਬਹਿ ਕੇ ਚਲੇ ਜਾਣਾ। ਇਸ ਕਰਕੇ ਉਹ ਪ੍ਰਭੂ ਦੀ ਜਿਹੜੀ ਕਹਾਣੀ ਕਥਾ ਅਕਥ ਹੈ, ਉਹਨੂੰ ਕੋਈ ਨਹੀਂ ਕੱਥ ਸਕਦਾ। ਜਨ ਬੋਲੇ ਹੈ ਅੰਮ੍ਰਿਤ ਬਾਣੀ, ਜਨ ਜਿਹੜੇ ਰੱਬ ਦੇ ਪਿਆਰੇ ਆ ਉਹ ਅੰਮ੍ਰਿਤ ਬਾਣੀ ਨੂੰ ਬੋਲਦੇ, ਭਾਵ ਵਾਹਿਗੁਰੂ ਦਾ ਨਾਮ ਜਪਦੇ ਆ, ਉਹਦੀ ਬੰਦਗੀ ਕਰਦੇ ਆ, ਉਹਦਾ ਸਿਮਰਨ ਕਰਦੇ ਨੇ। ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ। ਇਹ ਮਹਾਰਾਜ ਕਹਿੰਦੇ ਜਿਹੜੀ ਪ੍ਰਭੂ ਦੀ ਇਕੱਠ ਕਹਾਣੀ ਹੈ ਇਹ ਉਹਦੇ ਦਾਸਾਂ ਨੇ ਕਹਿਣਾ ਕੀਤੀ ਹੈ, ਉਹਦੇ ਦਾਸ ਉਹਦੀ ਮਹਿਮਾ ਕਰਦੇ ਆ, ਵਡਿਆਈ ਕਰਦੇ ਆ, ਪਰ ਇਹ ਵੀ ਜਿਹੜੀ ਪ੍ਰਭੂ ਦੀ ਇਕੱਠ ਕਹਾਣੀ ਆ ਇਹ ਪੂਰੇ ਗੁਰੂ ਪਾਸੋਂ ਹੀ ਜਾਣੀ ਜਾਂਦੀ ਹੈ। ਪੂਰਾ ਗੁਰੂ ਜਿਨ੍ਹਾਂ ਤੇ ਰਹਿਮਤ ਕਰਦਾ, ਬਖਸ਼ਿਸ਼ ਕਰਦਾ, ਉਹ ਪੂਰੇ ਗੁਰੂ ਦੀ ਵਡਿਆਈ ਕਰ ਸਕਦੇ ਆ, ਪੂਰੇ ਗੁਰੂ ਦੇ ਨਾਲ ਜੁੜ ਸਕਦੇ ਆ। ਜਿਵੇਂ ਸੰਤ ਮਾਧੋ ਦਾਸ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰੇਮ ਤੇ ਪਿਆਰ ਦੇ ਨਾਲ ਯਾਦ ਕੀਤਾ, ਉਹਨਾਂ ਦੀ ਮਹਿਮਾ ਕੀਤੀ, ਵਡਿਆਈ ਕੀਤੀ, ਉਹ ਰੱਬ ਦੇ ਪਿਆਰੇ ਸਨ, ਉਹਨਾਂ ਨੇ ਇਸ ਗੱਲ ਨੂੰ ਜਾਣ ਲੈਣਾ ਕੀਤਾ। ਇਹ ਰੱਬ ਦੇ ਪਿਆਰਿਆਂ ਦੀ ਗੁਰਮੁਖੋ ਵਡਿਆਈ ਹੁੰਦੀ ਹੈ ਕਿ ਉਹ ਗੁਰੂ ਦੀ ਮਹਿਮਾ ਦੇ ਵਿੱਚ ਹਮੇਸ਼ਾ ਲੱਗੇ ਰਹਿੰਦੇ ਆ। ਇੱਕ ਬੇਨਤੀ ਕਰਕੇ ਮੈਂ ਸਮਾਪਤੀ ਕਰ ਦੇਣੀ ਹੈ। ਅੱਜ ਦੇ ਹੁਕਮਨਾਮੇ ਦੇ ਅੰਦਰ ਗੁਰੂ ਮਹਾਰਾਜ ਨੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਕੀਤੀ ਹੈ, ਵਡਿਆਈ ਕੀਤੀ ਹੈ, ਉਹਦੇ ਗੁਣਾਂ ਦੀ ਵਡਿਆਈ ਕੀਤੀ ਹੈ। ਅੱਜ ਕੱਲ੍ਹ ਦੁਨੀਆਂ ਦੇ ਅੰਦਰ ਇਹ ਪ੍ਰਚਾਰ ਹੋ ਰਿਹਾ ਹੈ ਕਿ ਨਾਮ ਜਪਣ ਦੀ ਲੋੜ ਕੋਈ ਨਹੀਂ, ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਕੋਈ ਨਹੀਂ, ਗੁਰਬਾਣੀ ਨੂੰ ਸਮਝਣਾ ਹੀ ਨਾਮ ਹੈ, ਗੁਰਬਾਣੀ ਨੂੰ ਸੁਣਨਾ ਹੀ ਨਾਮ ਹੈ। ਗੁਰਮੁਖ ਪਿਆਰਿਓ, ਇੱਕ ਬਚਨ ਆਉਂਦੇ ਆ ਗੁਰੂ ਮਹਾਰਾਜ ਦੇ, ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਵਿਸੰਬਰ ਇੱਕ ਹੈ, ਨਾਮ ਜਪਤ ਅਗੰਤ ਅਨੇਕੈ, ਵੇਦ ਪੁਰਾਣ ਸਿਮਰਤ ਸੁਧਾਖਿਰ, ਕੀਨੇ ਰਾਮ ਨਾਮ ਇੱਕ ਆਖਿਰ, ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਖੀ ਇੱਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਇਹ ਨਾਮ ਜਪਣ ਵਾਲਿਆਂ ਦੀ ਮਹਿਮਾ ਆ, ਇਹ ਬੰਦਗੀ ਕਰਨ ਵਾਲਿਆਂ ਦੀ ਮਹਿਮਾ ਆ, ਤੇ ਸਤਿਗੁਰੂ ਜੀ ਨੇ 9ਵੇਂ ਪਾਤਸ਼ਾਹ ਨੇ ਬਚਨ ਕੀਤੇ, ਸੋਠ ਮਹੱਲਾ ਨਾਵਾ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਨ ਕਾ ਸੀ ਉਤਰੀ, ਤਾਂ ਕੋ ਜਸ ਉਰਧਾਰੋ। ਕਹਿੰਦੇ ਐ ਮਨਾ, ਪ੍ਰਭੂ ਦੀ ਸ਼ਰਨ ਵਿੱਚ ਆ ਜਾ,
जिदा सिमरन करके गणका बेसवा सी माड़े कर्म करती सी पर परमात्मा दा सिमरन करके ओदा भी उधार हो गया। जे तू रब दा सिमरन करेगा ते तेरा भी उधार हो जाएगा। अज प्रचार हो रहा है कहिंदे ज्ञान ही नाम है, बस ज्ञान ज्ञान ज्ञान, ते महाराज नूं नाम नाम कहण दी की लोड़ सी। जे कल्ले ज्ञान दी गल हुंदी ते सारी बाणी नाम दी महिमा दे विच उचारण कीती है। महाराज ने क्यों कहा, राम जपो जी ऐसे ऐसे, ध्रुव प्रहलाद जपियो हर जैसे। कहिंदे इदां वाहिगुरु दा नाम जपो जिवें ध्रुव ते प्रहलाद ने पंज पंज छे छे साल की उम्र दे विच रब दी बंदगी कीती। इस करके आपां बंदगी नूं नहीं चुठला सकते, नाम नूं नहीं चुठला सकते। पूरे गुरु ग्रंथ साहब दे अंदर परमात्मा दे नाम दी महिमा कीती है, वडियाई कीती है। इसलिए बंदगी करनी, नाम जपना जरूरी है। अज मेरे वर्गा बंदगी ते कर नहीं सकता, वाहिगुरु वाहिगुरु ते कर नहीं सकता, क्योंकि करना औखा आ, आखण औखा सच्चा नाओ। आपां परिभाषा ही बदलती, कहिंदे नाम इहनूं नहीं आखिया, नाम ते कहिंदे ज्ञान नूं ही आखिया। कल्ले ज्ञानवान अज तक नहीं तरे, नाम जप के जिन्हां ने परमेश्वर की खुशी लई है उन्हां दा पार उतारा होया। सारे भगतां ने, भगत त्रिलोचन जी, भगत कबीर जी, भगत फरीद जी, भगत पीपा जी, भगत फरीद जी ने गुरमुख प्यारे रब की बंदगी की तां तरे, भगत सदना जी तरे, भगत धन्ना जी तरे, ते गुरमुख प्यारे जिन्हां ते गुरु साहब ने रहमत की, भगत रविदास जी तरे जिन्हां ने आखिया बहुत जन्म बिछरे थे माधो, एहो जन्म तुम्हारे लेखे, कह रविदास आस लग जीवो, चिर भयो दर्शन देखे। इस करके जिन्हां ने भी प्राप्ति कीती है नाम जप के कीती है, ते नाम जपना जरूरी है। गुरु की बाणी का ज्ञान लेना भी जरूरी है। सत संतोख दया धर्म इन्हां चंगे गुणा नूं अपनाउणा जरूरी है, ते गुरु साहब के दर्शनां की प्यास मन विच जगाउणी जरूरी है। गुरु की सिक्खी नूं धारण करना जरूरी है, पंज ककारां दे धारनी होना जरूरी है, नशियां दा त्याग करना जरूरी है, पखंड तों रहत होना जरूरी है, मड़ियां मसाणियां ते जाना छड्डना जरूरी है। ये सारे जिहड़े ककर्म असीं करदे हां उहनां तों दूर हो के, रहत हो के गुरु दीआं असीं खुशियां लै सकदे हां। अमृत छक के सिंह सजो, नशियां दा त्याग करो, बजुर्गों की माता पिता के घर के सेवा करो, तो गुरु साहब दीआं खुशियां प्राप्त करो, नाम जपो, सिमरन करो, बंदगी करो, ते पंजां ककारां दे धारनी जरूर होवो। ये गुरु साहब की सिक्ख्या दास ने आप जी दे नाल अज दे पावन मुख वाक की विचार सांझी कीती है। धन गुरु हरगोबिंद साहब जी का इतिहास सांझा कीता है। बोलदियां तो बेअंत भुल्लां हो जांदियां ने, कलजुगी जीवां कोई विद्वान नहीं, कोई गुण नहीं, जो गुरु साहब ने कृपा की, बख्शिश की, रहमत की है, वह बचन आप जी नाल सांझे कीते आ। गुरु हरकृष्ण साहब कृपा करके गुंगियां तो बुला सकते हैं, कमलियां तो बुला सकते हैं, ते मैं भी ते उन्हां कमलियां दे विच्चों एक कमला हाँ, झल्ला हाँ, जिदे ते महाराज ने अपना रहमतां भरिया हथ रख के अपनी हजूरी च बैठण दा सुभाग बख्शिया, आप संगतां दे दर्शन करन दा सुभाग बख्शिया। कोटान कोट धन्नवाद गुरु हरगोबिंद साहब मीरी पीरी दे मालक जी दा, कोटान कोट धन्नवाद गुरु ग्रंथ साहब महाराज सच्चे पातशाह दा, आप संगतां दा धन्नवाद, ज्ञानी वीर सिंह जी जो मुख प्रबंधक ने इस स्थान दे उन्हां दा धन्नवाद, ते सारे सिंघां दा धन्नवाद जिहड़े बहुत प्रेम ते प्यार दिंदे ने। सैकटरी ज्ञानी हरजिंदर सिंह जी बहुत प्यार करते, सारे सिंह प्यार करते, सारियां दा बहुत बहुत धन्नवाद, आप संगतां दा बहुत धन्नवाद जिन्होंने बड़े प्रेम ते प्यार दे नाल गुरु दे बचनां नूं सरवण कीता। होईआं भुल्लां चुक्कां दी माफ़ी बख्शो, कृपा करिओ संगत जी, देहो सज्जण असीसड़िया, जो होवै साहिब सो मेल, असीस बख्शो, वाहिगुरु जी दे चरणां नाल मिलाप बन जावे, गुरु की सिक्खी केसा सवासा दे संग निभ जावे, महाराज की पवित्र गुरबाणी गुरमत विचारा करन दी समर्था जावे। आओ आखरी पंक्तियां सरवण करके कथा की समाप्ति करिए जी। प्रभ की अकथ कहानी, जन बोल है अमृत बाणी, नानक दास बखाणी, गुर पूरे ते जानी। वाहिगुरु जी का खालसा, वाहिगुरु जी की फतेह। ज्ञानी जी का बहुत बहुत धन्यवाद है।
ਤੇ ਹੁਣ ਢਾਡੀ ਪਵਿੱਤਰ ਦਰਬਾਰ ਆਰੰਭ ਹੋਣ ਲੱਗਾ ਹੈ। ਆਪ ਗੁਰੂ ਸੰਗਤਾਂ ਵੱਲ ਭਾਗੇ ਹੋ ਜੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਾੜੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਪੰਡਾਲ ਦੇ ਅੰਦਰ ਸੁਭਾਏਵਾਨ ਹੋ ਕੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰ ਰਹੇ ਨੇ ਅਤੇ ਆਪਾਂ ਚਕੋਰ ਦੇ ਨਿਆਈ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਇਕੱਤਰ ਹੋਏ ਹਾਂ। ਸਤਿਗੁਰੂ ਕਿਰਪਾ ਕਰਨ, ਸਤਿਗੁਰਾਂ ਦੇ ਇਹ ਵਪਾਰਕ ਜੋ ਦਰਸ਼ਨ ਹੈ ਉਹਨਾਂ ਦੀ ਤਾਂ ਉਹਨਾਂ ਦੀ ਅਭਿਲਾਸ਼ਾ ਸਾਡੇ ਹਿਰਦੇ ਵਿੱਚ ਪ੍ਰੇਮ ਦੇ ਵਿੱਚੋਂ ਗੁਜ਼ਰ ਕੇ ਵੈਰਾਗ ਬਣ ਕੇ ਪੈਦਾ ਹੋਵੇ ਅਤੇ ਸਾਡਾ ਜੀਵਨ ਸਫਲ ਹੋ ਜਾਏ। ਬਹੁਤ ਬਹੁਤ ਧੰਨਵਾਦ ਹੈ ਗਿਆਨੀ ਜੀ ਦਾ। ਹੁਣ ਮੈਂ ਬੇਨਤੀ ਕਰਾਂ ਭਾਈ ਮਨਪ੍ਰੀਤ ਸਿੰਘ ਜੀ ਮਾਨ ਦੋਧਰ ਵਾਲੇ ਕਲੀਖਰ ਜਥਾ 15 ਮਿੰਟ ਵਾਸਤੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ ਅਤੇ ਉਹਨਾਂ ਤੋਂ ਬਾਅਦ ਭਾਈ ਮੁਖਤਿਆਰ ਸਿੰਘ ਜੀ ਜੱਫਰ ਢਾਡੀ ਜੱਥਾ ਜੋ ਇੱਥੋਂ ਦਾ ਹਜ਼ੂਰੀ ਢਾਡੀ ਜੱਥਾ ਹੈ ਉਹ ਵੀ ਤਿਆਰ ਰਹਿਣਗੇ। ਆਓ ਜੀ ਭਾਈ ਮਨਪ੍ਰੀਤ ਸਿੰਘ ਜੀ ਮਾਨ ਕਲੀਸ਼ਰ ਦੋਧਰ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਰਨ ਛੋ ਪ੍ਰਾਪਤ ਧਰਤੀ ਤੇ ਸਲਾਨਾ ਜੋੜ ਮੇਲੇ ਦੀ ਹਾਜ਼ਰੀ ਭਾਵੇ ਗੁਰੂ ਨੂੰ ਸੰਗਤ ਫਤਿਹ ਬੁਲਾਓ ਜਥੇ ਨੂੰ ਬੋਲਣ ਦੀ ਪ੍ਰਵਾਨਗੀ ਬਖਸ਼ ਕਰੋ। ਗੱਜ ਕੇ ਆਖੋ ਸਿੰਘੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ 15 ਕੁ ਮਿੰਟ ਦਾ ਸਪਾਕ ਸਮਾਂ ਪ੍ਰਾਪਤ ਹੋਇਆ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ। ਸਾਡੇ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਉਹ ਸਤਿਗੁਰਾਂ ਦੀ ਅਲਾਹੀ ਬਾਣੀ ਦੀ ਸ਼ਬਦ ਵਿਚਾਰ ਆਪਣੇ ਨਾਲ ਸਾਂਝੀ ਕਰ ਰਹੇ ਸੀ ਔਰ ਬੇਅੰਤ ਇਤਿਹਾਸ ਦੀਆਂ ਕਲੁਕਾਂ ਉਹਨਾਂ ਨੇ ਆਪਣੇ ਨਾਲ ਸਾਂਝੀਆਂ ਕੀਤੀਆਂ। 15 ਕੁ ਮਿੰਟ ਦਾ ਸਮਾਂ, 2 ਕਵਿਤਾਵਾਂ ਅਸੀਂ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਇਹ ਮਾਣ ਮੱਤੇ ਸੂਹੇ ਇਤਿਹਾਸ 'ਚੋਂ ਇੱਕ ਪਿਆਰ ਦੀ ਕਹਾਣੀ ਆਪਦੇ ਨਾਲ ਸਾਂਝੀ ਕਰਨੀ ਹੈ। ਮੇਰੇ ਬਹੁਤ ਹੀ ਸਤਿਕਾਰਯੋਗ ਪੰਡਿਤ ਸੋਮਨਾਥ ਜੀ ਰੋਡਿਆਂ ਵਾਲੇ ਪੰਜਾਬ ਹੀ ਨਹੀਂ ਬਲਕਿ ਹਿੰਦੁਸਤਾਨ ਦਾ ਔਰ ਬਾਹਰਲੀਆਂ ਕੰਟਰੀਆਂ ਵਿੱਚ ਵੀ ਸੰਗਤਾਂ ਨੂੰ ਗੁਰਬਾਣੀ ਪ੍ਰਚਾਰ ਨਾਲ ਨਿਹਾਲ ਕਰਨ ਵਾਲਾ ਅਤੰਤ ਆਲਾ ਦਰਜੇ ਦਾ ਕਮਿਸ਼ਨ ਜੱਥਾ ਆਪਣੇ ਬੱਚਿਆਂ ਦਾ ਮਾਣ ਕਰਦੇ ਸਤਿਗੁਰੂ ਜੀ ਕਿਰਪਾ ਕਰਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਹ ਦੁਨੀਆਂ ਨੂੰ ਉਤਾਰ ਰਹੇ ਨੇ। 5ਵੇਂ ਪਾਤਸ਼ਾਹ ਤੋਂ ਬਾਅਦ ਗੁਰਤਾ ਗੱਦੀ ਹਾਸਲ ਹੋਈ। ਆਪਾਂ ਨੂੰ ਇਹ ਪਤਾ ਵੀ ਸਤਿਗੁਰਾਂ ਨੇ ਗੁਰਤਾ ਗੱਦੀ ਤੇ ਆਉਂਦਿਆਂ ਹੀ ਇੱਕ ਐਲਾਨ ਕੀਤਾ ਵੀ ਸਿੱਖੋ ਅੱਜ ਤੋਂ ਬਾਅਦ ਗੁਰੂ ਘਰ ਦੀ ਭੇਟਾ ਚੰਗੇ ਚੰਗੇ ਕੀਮਤੀ ਸ਼ਸਤਰ, ਚੰਗੇ ਚੰਗੇ ਘੋੜੇ, ਚੰਗੀਆਂ ਜਵਾਨੀਆਂ ਗੁਰੂ ਦਰਬਾਰ ਵਾਸਤੇ ਭੇਟ ਕਰੋ। ਪਰ ਸਾਰੀ ਦੁਨੀਆ ਇੱਕ ਸਮਾਨ ਨਹੀਂ ਹੁੰਦੀ, ਪਿਆਰ ਦੀ ਕੋਈ ਦੁਨੀਆ 'ਤੇ ਕੀਮਤ ਨਹੀਂ ਹੈ। ਇੱਕ ਪਿਆਰ ਦੀ ਕਹਾਣੀ ਮੈਂ ਪੇਸ਼ ਕਰਨੀ, ਇਤਿਹਾਸ ਨੇ ਦੱਸਿਆ ਸਤਿਗੁਰਾਂ ਦਾ ਪਿਆਰਾ ਸਿੱਖ ਭਾਈ ਹਰਪਾਲ ਸਤਿਗੁਰਾਂ ਨੂੰ ਪਿਆਰ ਬਹੁਤ ਕਰਦਾ ਪਰ ਪਰਿਵਾਰ 'ਤੇ ਗਰੀਬੀ ਆ। ਘਰ ਵਿੱਚ ਇੱਕ ਭੈਣ ਵਟਿਆਰ ਆ ਸ਼ਾਦੀ ਕਰਨ ਦੇ ਯੋਗ, ਇੱਕੇ ਦੀ ਛੋਟੀ ਜੀ ਬੱਚੀ, ਇੱਕੇ ਦੀ ਧਰਮ ਪਤਨੀ ਅਤੇ ਇੱਕ ਮਾਤਾ, ਸਾਰਾ ਪਰਿਵਾਰ ਸਤਿਗੁਰਾਂ ਦੇ ਪਿਆਰ ਵਿੱਚ ਰੰਗਿਆ ਹੋਇਆ। ਮਨ ਵਿੱਚ ਸ਼ਰਧਾ ਮਨਾ ਸਤਿਗੁਰਾਂ ਨੇ ਐਲਾਨ ਕੀਤਾ ਵੀ ਘੋੜੇ ਦਰਬਾਰ ਵਿੱਚ ਪੇਸ਼ ਕਰੋ, ਚੰਗੇ ਚੰਗੇ ਸ਼ਸਤਰ ਹਥਿਆਰ। ਮੇਰੇ ਕੋਲ ਇੰਨੀ ਮਾਇਆ ਨਹੀਂ ਵੀ ਮੈਂ ਚੰਗੇ ਮਹਿੰਗੇ ਕੀਮਤੀ ਘੋੜੇ ਲਿਆ ਕੇ ਖਰੀਦ ਕੇ ਪੇਸ਼ ਕਰ ਦਿਆਂ, ਜਾਂ ਮੈਂ ਚੰਗੇ ਸ਼ਸਤਰ ਭੇਟਾ ਕਰਾਂ। ਮੈਂ ਭੇਟਾ ਕਰਾਂ ਤਾਂ ਕੀ ਕਰਾਂ। ਸਤਿਗੁਰਾਂ ਨੇ ਇੱਕ ਪਰਚਾ ਵੀ ਪਾਇਆ ਸਿੱਖ ਦੇ ਨਾਲ, ਉਹਨਾਂ ਨੂੰ ਵੀ ਜਵਾਬ ਦੇਣਾ ਸੀ। ਜਿਹੜੇ ਲੋਕ ਈਰਖਾਵਾਦੀ ਲੋਕ ਇਹ ਸੋਚਦੇ ਸੀ ਵੀ ਆਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਅਲਹਦ ਕਰਤਾ, ਆ ਜਿਹੜੇ ਸਿੱਖ ਦੇ ਮਗਰ ਲੱਗੇ ਨੇ ਕਿ ਇਹ ਗੁਰੂ ਨੇ ਕੀਤੇ ਹੋਏ ਬਚਨਾਂ ਤੇ ਪੂਰੇ ਉਤਰਦੇ ਨੇ, ਕਿੰਨੀ ਕੁ ਪਾਵਰ ਹੈ। ਸਤਿਗੁਰੂ ਘੋੜੇ ਉੱਤੇ ਅਸਵਾਰ ਹੋ ਕੇ ਇਹ ਬਾਜ਼ਾਰ 'ਚੋਂ ਨਿਕਲੇ। ਇੱਕ ਦੁਕਾਨ ਦੇ ਉੱਤੇ ਇੱਕ ਕੀਮਤੀ ਤੋਤਾ ਬੜਾ ਸੁੰਦਰ ਪਿੰਜਰੇ ਵਿੱਚ ਪਾਇਆ ਹੋਇਆ ਰਾਮ ਨਾਮ ਦੀ ਆਵਾਜ਼ ਲੈਂਦਾ, ਰਾਮ 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 ਕਹਿੰਦਾ ਤੋਤਾ, ਸਿਖਾਇਆ ਹੋਇਆ ਜਾਨਵਰ ਸੀ।
खड़े पिंजरे वाल नजर मारी मुक्तों एक वचन किया कहते तोता बहुत सुंदर है और ज्ञानवान भी बहुत सिखाया होया किसी ने बड़ा पढ़ाया इन्नी गल कह के सब अगे चले गए। भाई हरपाल नाल सी संगत दे उधर मन में विचार आई मना आज जिहड़े तोते उत्ते सतगुरां दी नज़र पई आ ये कोई तोते दी किस्मत भी जागी आ नाल मेरी किस्मत दा सितारा भी उदे होया गुरु हरगोबिंद साहिब पातशाह नूं आ तोता भग गया। जे यही तोता खरीद के मैं गुरु हरगोबिंद साहिब पातशाह दे चरणां च भेंट कर दिया नाले मेरे मन की श्रद्धा पूरी हो जूगी मैं सतगुरां नूं कुछ ना कुछ भेंट कीता। उन्हें उस सेठ नूं तोते दा मुल पुछिया सोचता तो मन में यह सी भी छोटा जा जानवर मैं महंगे हथियार नहीं ले सकता मैं चंगे घोड़े नहीं खरीद सकता हो सकता मैं आ तोते का मुल यह सेठ नूं दे सकता हुआ। वीर गुरजंत सिंह जी नथोवाल वाला खुशी जता बेअंत मान भेजते सतगुरु जी कृपा कर आ सुनियो एक अपने मन के सोच के भी थोड़ी कीमत होगी तोते की कीमत जो सिख ने सेठ नूं पुछी वह हंकार का भरिया सेठ एक गुरु हरगोबिंद साहिब पातशाह के चरणों के भौरे सिख नूं तोते की कीमत देखा भला है त्यों दसदा है ਤੋਤਾ ਬੇਟਾ ਕਰਿਆ ਨਹੀਂ ਜਾਣਾ।
ਦੂਸਰੀ ਵਾਰ ਫਿਰ ਸੇਠ ਕਹਿੰਦਾ ਮੈਥੋਂ ਹੋ ਗਈ
गलती आ तेरी कन्नी भैन दे बेगिच मैं तेन तोता नहीं ले सकता एदी कीमत तां इतू भी ज्यादे आ जां जे इहनू लैके जाना चाहुंदा तां इह सी वी सिख मुड़ जे इहदा हिरदा इहो जे वी मैं आपां जां गुरु नूं भेट ही नहीं कर सकिया कुछ उदों चाहुंदा गुरु वी सी वी मैं वेखां सिख मैनूं प्यार किन्ना कु करदा ਸਿਰ ਕਹਿੰਦਾ ਜਾ ਆਪਣੀ ਭੈਣ ਦੇ ਨਾਲ ਆਪਣੀ ਛੋਟੀ ਜਿਹੀ ਬੱਚੀ ਉਹਨੂੰ ਵੀ ਨਾਲ ਲੈ ਕੇ ਆ ਫਿਰ ਤੋਤਾ ਲੈ ਜੂ ਦੂਜੀ ਵਾਰੀ ਆਇਆ ਦੋਵੇਂ ਧੀਆਂ ਨੂੰ ਲਿਆ ਕੇ ਐ ਸੇਖ ਦੇ ਨੌਕਰ ਕਰਦਾ ਲੈ ਕੇ ਤੋਤੇ ਵਾਲਾ ਪਿੰਜਰਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨਾਂ ਨੂੰ ਜਾ ਦੌੜਿਆ ਭਾਲ ਕਰਦਾ ਕਰਦਾ ਗੁਰੂ ਦੇ ਦਰਬਾਰ 'ਚ ਪਹੁੰਚ ਗਿਆ ਇੱਧਰੋਂ ਸੇਠ ਉਹ ਦੋਵੇਂ ਬੱਚੀਆਂ ਨੂੰ ਲੈ ਕੇ ਜਦੋਂ ਘਰੇ ਪਹੁੰਚਿਆ ਸਾਰੀ ਹਕੀਕਤ ਦੱਸੀ ਹੁਣ ਉਹ ਸੇਠ ਦੀ ਧਰਮ ਪਤਨੀ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਜੈ ਜੈਕਾਰ ਹੁੰਦੀ ਨੂੰ ਜਾਣਦੀ ਸੀ ਜਿਹਨੂੰ ਪਤਾ ਸੀ ਵੀ ਸਤਿਗੁਰੂ ਦੇ ਵਿਧੀ ਚੰਦ ਪੈਰੇ ਮੋਖੇ ਵਰਗੇ ਸੂਰਮੇ ਜੇ ਕਿਤੇ ਗੁਰੂ ਨੇ ਹੁਕਮ ਕਰਤਾ ਜੇ ਗੁਰੂ ਦਾ ਖੰਡਾ ਖੜਕਿਆ ਸਿੱਖਾਂ ਦਾ ਫਿਰ ਜਿਵੇਂ ਸ਼ੇਰਾਂ ਦੇ ਮੂਹਰੇ ਹਰਨੀਆਂ ਦਾ ਕੁਝ ਨਹੀਂ ਨਾ ਬਣਦਾ ਆ ਸਾਡੇ ਪਰਿਵਾਰ ਦਾ ਗੁਰੂ ਦੇ ਵਚਨ ਮੂਹਰੇ ਬਣਨਾ ਕੁਝ ਨਹੀਂ ਉਹ ਆਪਣੇ ਹੁਣ ਪਤੀ ਨੂੰ ਸਮਝਾਉਂਦੀ ਆ ਸੇਖ ਦੀ ਧਰਮ ਪਤਨੀ ਕਹਿੰਦੀ ਜੇ ਇਹੋ ਜਿਹੇ ਸੌਦੇ ਨਾਲ ਤੂੰ ਆਪਣੀ ਹੱਟੀ ਨੂੰ ਅੱਗ ਲਾ ਦਿੰਦਾ ਉਹ ਚੰਗਾ ਸੀ ਸੇਠ ਭਗਤਾਂ ਨੇ ਤਾਂ ਯੋਗ ਪਲਤਾ ਤੇ ਭਗਤਾਂ ਦੀ ਕੀਤੀ ਨੂੰ ਤਾਂ ਰੱਬ ਵੀ ਮੋੜ ਨਹੀਂ ਸਕਦਾ ਤੂੰ ਰੱਬ ਦੇ ਨਾਲ ਟੱਕਰ ਨਹੀਂ ਸੀ ਲੈਣੀ ਇੱਕ ਸੇਠ ਦੀ ਧਰਮ ਪਤਨੀ ਆਪਣੇ ਪਤੀ ਨੂੰ ਗਿਆਨ ਲੇਖਾ ਭਲਾ ਹੈ ਇਉਂ ਦਿੰਦੀ ਆ ਸੇਠ ਨੂੰ ਕਹੇ ਸੁਖਾਰੀ ਮੋਹ ਸੱਚ ਬੋਲਦਾ ਪਿੱਤਲ ਦੀ ਮੂਲਖ ਤੇ ਮਨ ਵਖਣਾ
ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਜੀ ਦੌਦਰ ਉਹਨਾਂ ਵੱਲ ਕਹਿੰਦੇ ਹਨ ਮਾਣ ਸਤਿਕਾਰ ਔਰ ਸਰਬੱਤ ਖਾਲਸਾ ਦੇ ਥਾਪੇ ਹੋਏ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਨਾਮ ਤੇ ਬੇਅੰਤ ਮਾਣ ਸਤਿਕਾਰ 100 ਰੁਪਏ ਆਇਆ ਸਤਿਗੁਰੂ ਜੀ ਦੇ ਫਤਿਹ ਸੇਖ ਦੀ ਧਰਮ ਪਤਨੀ ਕਹਿੰਦੀ ਮਾਫ਼ੀ ਮੰਗ ਲੈ ਗੁਰੂ ਤੋਂ ਜਾ ਕੇ ਉਧਰੋਂ ਤਾਂ ਭਾਈ ਹਰਪਾਲ ਤੋਤਾ ਲੈ ਕੇ ਗੁਰੂ ਦੇ ਚਰਨਾਂ 'ਚ ਜਾ ਵੜਿਆ ਉਧਰੋਂ ਸੇਠ ਉਹਦੀ ਧਰਮ ਪਤਨੀ ਦੋਵੇਂ ਧੀਆਂ ਨੂੰ ਲੈ ਕੇ ਉਹ ਜਾ ਖੜੇ ਮਾਫ਼ੀ ਮੰਗੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ ਸੇਠਾ ਇਹ ਮਾਫ਼ੀ ਹੁਣ ਤੈਨੂੰ ਇਹ ਭਾਈ ਹਰਪਾਲ ਹੀ ਦੇ ਸਕਦਾ ਹਰ ਕਾ ਸੇਧ ਤੂੰ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਉਹ ਦੁਨੀਆਂ ਦੇ ਲੋਕੋ ਜਿਹੜਾ ਹਰੀ ਦਾ ਸੇਵਕ ਹੁੰਦਾ ਉਹ ਹਰੀ ਵਰਗਾ ਹੀ ਹੁੰਦਾ ਫਿਰ ਉਹ ਸੇਠ ਨੇ ਭਾਈ ਹਰਪਾਲ ਦੇ ਚਰਨਾਂ ਤੇ ਮੱਥਾ ਟੇਕਿਆ ਸਤਿਗੁਰਾਂ ਨੇ ਉਹਨੂੰ ਮਾਫ਼ ਕੀਤਾ ਇਹਨਾਂ ਕੋਲ ਕਹਿੰਦੇ ਹੋਏ ਕਿਵਾਂ ਦੇ ਜਾਜਕਾਂ ਮਹਾਂਪੁਰਸ਼ਾਂ ਦਾ ਸਮੁੱਚੀ ਸੰਗਤ ਦਾ ਵੀਰ ਹਰਜਿੰਦਰ ਸਿੰਘ ਜੀ ਜਿਹਨਾਂ ਨੇ ਸਮਾਂ ਦੇ ਕੇ ਨਿਵਾਜਿਆ ਇਹਨਾਂ ਦਾ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟ ਕੋਟ ਮਾਰ ਧੰਨਵਾਦ ਕਰਦੇ ਹੋਏ ਕਿਵਾਂ ਦੇ ਜਾਜਕਾਂ ਹੋਇਆਂ ਤਮਾਮ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਮਨਪ੍ਰੀਤ ਸਿੰਘ ਜੀ ਮਾਨ ਦੌਦਰ ਵਾਲੇ ਜਿਨ੍ਹਾਂ ਨੇ ਆਪ ਗੁਰਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹੁਣ ਭਾਈ ਮੁਖਤਿਆਰ ਸਿੰਘ ਜੀ ਜਫਰ ਢਾਡੀ ਜੱਥਾ ਇਹ 15 ਮਿੰਟ ਵਾਸਤੇ ਸੰਗਤਾਂ ਨੂੰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ ਉਹਨਾਂ ਤੋਂ ਬਾਅਦ ਭਾਈ ਪਰਵਿੰਦਰ ਸਿੰਘ ਜੀ ਸ਼ਹੌਰ ਢਾਡੀ ਜੱਥਾ ਤਿਆਰ ਰਹਿਣ ਨਾਲ ਹੀ ਮੈਂ ਬੇਨਤੀ ਕਰਾਂਗਾ ਭਾਈ ਬਲਕਾਰ ਸਿੰਘ ਜੀ ਕੁਦਮੀ ਢਾਡੀ ਜੱਥਾ ਉਹ ਵੀ ਸਟੇਜ ਦੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰਨ ਉਹਨਾਂ ਤੋਂ ਬਾਅਦ ਉਹਨਾਂ ਦਾ ਸਮਾਂ ਬੇਨਤੀ ਕਰਦੇ ਹਾਂ ਜੱਥਾ ਜੱਥਿਆਂ ਦੇ ਚਰਣਾਂ ਦੇ ਵਿੱਚ ਜਿੰਨਾ ਕੁ ਸਮਾਂ ਸਟੇਜ ਤੋਂ ਅਨਾਊਂਸ ਕੀਤਾ ਜਾਂਦਾ ਹੈ ਆਪਣੇ ਸਮੇਂ ਦੇ ਵਿੱਚ ਰਹਿ ਕੇ ਢਾਡੀ ਪ੍ਰਸੰਗ ਜਗ ਵਿੱਚ ਪ੍ਰਸੰਗ ਸੁਣਾਉਣ ਦੀ ਕਿਰਪਾਲਤਾ ਕਰਨੀ ਕਿਉਂਕਿ ਸਾਡੇ ਕੋਲ ਤਕਰੀਬਨ 20-25 ਜੱਥੇ ਪਹੁੰਚ ਚੁੱਕੇ ਨੇ ਸਾਰਿਆਂ ਨੂੰ ਸਮਾਂ ਦੇਣਾ ਅਤੇ ਸਾਰਿਆਂ ਨੂੰ ਸਮਾਂ ਦੇਣ ਵਾਸਤੇ ਸਮੇਂ ਵਿੱਚ ਰਹਿਣਾ ਬੜਾ ਜ਼ਰੂਰੀ ਹੈ ਸੋ ਬੇਨਤੀ ਹੈ ਬਲਕਾਰ ਸਿੰਘ ਜੀ ਉਦਮੀ ਉਹ ਵੀ ਪਹੁੰਚਣ ਦੀ ਕਿਰਪਾਲਤਾ ਕਰਨ ਇੱਕ ਬੇਨਤੀ ਕਰਾਂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਵਾਹਿਗੁਰੂ
ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਦਾ ਮਹਾਵਾਕ ਹੈ, ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਚਰਨ ਛੋਹ ਪ੍ਰਾਪਤ ਸਭ ਜ਼ਮੀਨ ਦੇ ਉੱਤੇ ਬੈਠ ਕੇ ਗੁਰਸਿੱਖ ਸੰਗਤਾਂ ਸ਼ਰਧਾ ਪਿਆਰ ਸਤਿਕਾਰ ਭੇਟ ਕਰ ਰਹੀਆਂ ਗੁਰੂ ਦੇ ਚਰਨਾਂ ਵਿੱਚ। ਗੁਰੂ ਦਾ ਹੁਕਮ ਹੈ ਸਾਡੇ ਵਾਸਤੇ, ਜਦੋਂ ਅਸੀਂ ਇੱਕ ਦੂਸਰੇ ਨੂੰ ਮਿਲਦੇ ਹਾਂ ਸਤਿਕਾਰ ਨਾਲ ਸਾਡੇ ਬੁਲਾਉਣੀ, ਇਹ ਸਾਡੇ ਕਿਰਦਾਰ ਦਾ ਸਾਡੀ ਜੀਵਨ ਜਾਂਚ ਦਾ ਇੱਕ ਅਨਿੱਖੜਵਾਂ ਅੰਗ ਹੈ। ਤੇ ਪੰਜਾਬੀ ਦੇ ਕਵੀ ਨੇ ਲਿਖਿਆ, ਕੱਕੇ ਰੇਤੇ ਦੇ ਮਾਰਿਆ ਬੰਨ ਉੱਚੇ ਵਹਿਣ ਨਹੀਂ ਦਰਿਆਵਾਂ ਦਾ ਰੁੱਖ ਸਕਦਾ, ਮੂੰਹੀ ਚੰਦ ਤੇ ਨਹੀਂ ਪਰਾਤ ਵੱਜਦੀ, ਸੂਰਜ ਬੱਦਲਾਂ ਉੱਤੇ ਨਹੀਂ ਲੁੱਟ ਸਕਦਾ, ਚਾਹੇ ਸੈਂਕੜੇ ਹਿਰਨਾਂ ਦਾ ਝੁੰਡ ਹੋਵੇ, ਬਬਰ ਸ਼ੇਰ ਦਾ ਦਾਬਾ ਨਹੀਂ ਚੁੱਕ ਸਕਦਾ, ਸਿੱਖ ਗੁਰੂ ਦਾ ਝੁਕਦਾ ਗੁਰੂ ਗ੍ਰੰਥ ਸਾਹਿਬ ਮੂਹਰੇ ਕਿਸੇ ਹੋਰ ਦੇ ਅੱਗੇ ਨਹੀਂ ਝੁਕ ਸਕਦਾ। ਆਓ ਸਤਿਕਾਰ ਦੇ ਨਾਲ ਕਹੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ ਦੀ ਕਲਮ ਦੇ ਪਵਿੱਤਰ ਸ਼ਬਦ, ਪੰਜ ਪਿਆਰੇ ਪੰਜ ਪੀਰ ਛੱਡੋ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਹਰਗੋਬਿੰਦ ਪਾਤਸ਼ਾਹ ਜਿਨ੍ਹਾਂ ਗੁਰੂ ਨਾਨਕ ਦੀ ਸੋਚ ਦੇ ਪਹਿਰਾ ਦਿੰਦੇ ਆ, ਗੁਰੂ ਨਾਨਕ ਪਾਤਸ਼ਾਹ ਦੀ ਇੱਕ ਇੱਕ ਤੁਕ ਅਧਿਆਤਮਕ ਸੰਸਾਰਕ ਹੈ, ਸਮਝਣ ਦੀ ਲੋੜ ਹੈ ਤੇ ਸਮਝਣ ਦਾ ਵੇਲਾ। ਖੈਰ ਮੈਂ ਅਰਜ਼ ਕਰਾਂ, ਗੁਰੂ ਨਾਨਕ ਪਾਤਸ਼ਾਹ ਦਾ ਵਚਨ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਜਾਏ। ਇਸ ਸੋਚ ਦੇ ਉੱਤੇ ਪਹਿਰਾ ਦਿੰਦੇ ਆ ਗੁਰੂ ਅੰਗਦ ਦੇਵ ਜੀ ਮਹਾਰਾਜ, ਅਮਰਦਾਸ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਅਰਜਨ ਪਾਤਸ਼ਾਹ, ਉਹਨਾਂ ਨੇ ਸਿੱਖੀ ਦੇ ਮਹਿਲ ਦੀ ਕਰਤਾਰ ਦੀ ਉਸਾਰੀ ਕੀਤੀ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਨੂੰ ਜਦੋਂ ਸਮੇਂ ਦੇ ਪਾਤਸ਼ਾਹ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਇਸ ਜਦੋਂ ਸ਼ਹੀਦ ਕਰਨ ਦਾ ਮਨ ਬਣਾਇਆ, ਗੁਰੂ ਦੀ ਸੋਚ ਹੈ, ਕਵੀ ਨੇ ਲਿਖਿਆ ਸੀ ਗੁਰੂ ਸੋਚ ਬਾਰੇ, ਰੱਬ ਦੇ ਬੰਦੇ ਹੋ ਬੰਦਿਆਂ ਤਾਂ ਹੀ ਪਿਆਰ ਕਰੋ। ਦੁਨੀਆਂ ਦੇ ਵਿੱਚ ਵਰਡਨ ਵਾਲੇ ਨੇ ਮਤਾਂ ਦੇ, ਫਿਰ ਮਧਮਾਂ ਦੇ ਨਾਂ ਹੇਠ ਕਤਲੋ ਗਲਤ ਹੁੰਦੀ ਹੈ। ਇਹ ਗੱਲਾਂ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਤੇ ਆ ਕੇ ਵੇਖੀਆਂ ਤੇ ਕਰਤਾਰ ਦੇ ਹੁਕਮ ਨਾਲ ਖਤਮ ਕਰਨੀਆਂ ਸਨ। ਆਓ ਉਸ ਮੀਰੀ ਪੀਰੀ ਦੇ ਮਾਲਕ, ਗੁਰੂ ਸੋਚ ਦੇ ਮਾਲਕ, ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਭਾਈ ਜਸਵੀਰ ਸਿੰਘ ਲੰਡੇ ਕੇ, ਹਰਵਿੰਦਰ ਸਿੰਘ ਲੰਡੇ ਕੇ, ਅਮਰਤਾਰ ਸਿੰਘ ਮਲੋਕੇ, ਗੁਰਚਾਰ ਸਿੰਘ ਦਫਰ ਮਲੋਕੇ ਦਾ ਤੁਹਾਡੀ ਜਥਾ ਇਉਂ ਬੇਨਤੀ ਕਰਦਾ।
ਦੀ ਜ਼ਿੰਦਗੀ ਬੜੀ ਅਹਿਮ ਹੈ। ਗਿਆਨੀ ਪਾਲ ਸਿੰਘ ਜੀ ਪੰਛੀ ਦੀਆਂ ਚਾਰ ਲੈਣਾ ਕਹਿ ਕੇ ਮੈਂ ਆਪ ਜੀ ਨੂੰ ਫਤਿਹ ਅਰਜ਼ ਕਰਾਂ। ਗਿਆਨੀ ਪਾਲ ਸਿੰਘ ਪੰਛੀ ਤਲਵੰਡੀ ਮੱਝੀਆਂ ਵਾਲਿਆਂ ਨੇ ਜ਼ਿੰਦਗੀ ਬਾਰੇ ਕਿਹਾ, ਜ਼ਿੰਦਗੀ ਇੱਕ ਸਾਜ ਹੈ, ਇਸ ਨੂੰ ਵਜਾਉਣਾ ਸਿੱਖ ਲੈ। ਜ਼ਿੰਦਗੀ ਇੱਕ ਸਾਜ ਹੈ, ਇਸ ਨੂੰ ਵਜਾਉਣਾ ਸਿੱਖ ਲੈ। ਰਾਈਆ ਰਾਹੇ ਜਾਂਦਿਆ ਰੋਂਦੇ ਹੱਥਾਉਣਾ ਸਿੱਖ ਲੈ। ਬਾਜੀ ਦੇ ਢੇਰ ਨਾ ਪਾ, ਮੱਚਦੀ ਵਜਾਉਣਾ ਸਿੱਖ ਲੈ। ਨਫ਼ਰਤ ਨੂੰ ਪੰਛੀ ਤਿਆਗ ਦੇ, ਪਿਆਰ ਦਾ ਗਾਉਣਾ ਸਿੱਖ ਲੈ। ਜ਼ਿੰਦਗੀ ਪਿਆਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਸਾਧ ਕਹੂੰ ਸੁਣ ਲੇ ਸਦਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਨੁੱਖਤਾ ਦੀ ਸੇਵਾ, ਪ੍ਰਭੂ ਦੀ ਪ੍ਰਾਪਤੀ, ਇਹਨਾਂ ਕੁਝ ਕਹਿੰਦੇ ਦਾਸ ਮੁਖਤਿਆਰ ਸਿੰਘ ਜ਼ਫਰ, ਜਸਵੀਰ ਸਿੰਘ ਲੰਡੇ ਕੇ, ਹਰਵਿੰਦਰ ਸਿੰਘ ਲੰਡੇ ਕੇ, ਅੰਮ੍ਰਿਤਪਾਲ ਸਿੰਘ ਮੱਲੋ ਕੇ, ਇਸ ਪਵਿੱਤਰ ਜਗ੍ਹਾ ਤੇ ਸਮੁੱਚੀ ਸੰਗਤ। ਮੈਨੂੰ ਯਾਦ ਆ ਮੇਰੇ ਮਾਨਯੋਗ ਉਸਤਾਦ ਬਾਪੂ ਜੀ, ਉਦੋਂ ਅਜੇ 39 ਤਾਰੀਖ ਸੀ ਜਦੋਂ ਦਾ ਮੇਲਾ ਸ਼ੁਰੂ ਹੋਇਆ, ਬਾਪੂ ਕਰਨੈਲ ਸਿੰਘ ਪਾਸ ਇੱਥੋਂ ਦੀਆਂ ਵਡਿਆਈਆਂ ਕਰਦੇ ਹੁੰਦੇ ਸੀ। ਅੱਜ ਵੀ ਵਡਿਆਈ ਬਰਕਰਾਰ ਤੇ ਰਹੇਗੀ, ਕਿਉਂਕਿ ਗੁਰੂ ਦੇ ਚਰਨ ਪਏ ਨੇ। ਆਓ ਗੁਰੂ ਦਾ ਸ਼ੁਕਰਾਨਾ ਕਰਦੇ ਹਾਂ, ਕਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਜਥੇ ਦਾ ਬਹੁਤ ਬਹੁਤ